ਹੁਣ ਤੁਸੀਂ ਪੂਰਾ ਰਿਸਰਚ ਅਪਰੋਚ ਸਮਝ ਚੁੱਕੇ ਹੋ ਕਿ ਕੀ ਹੁੰਦਾ ਹੈ ਫਿਲੋਸਫੀ ਆਫ ਡਿਜ਼ਾਇਨ, ਰਿਸਰਚ ਡਿਜ਼ਾਇਨ ਕੀ ਹੁੰਦੀ ਹੈ। ਇਹਦੇ ਵਿੱਚ ਤੁਹਾਨੂੰ ਆਪਣਾ ਡਾਇਮੈਂਸ਼ਨ ਕਲੀਅਰ ਕਰਨਾ ਹੁੰਦਾ ਹੈ, ਓਂਟੋਲੋਜੀ, ਐਪਟੋਮੋਲੋਜੀ ਜਾਂ ਐਕਸੋਲੋਜੀ, ਕਿਸੇ ਵੀ ਡਾਇਮੈਂਸ਼ਨ 'ਤੇ ਤੁਸੀਂ ਕੰਮ ਕਰੋ। ਬੇਸਿਕਲੀ ਇਹ ਤੁਹਾਨੂੰ ਦੱਸਦਾ ਹੈ ਕਿ ਤੁਹਾਡੇ ਖੁਦ ਦਾ ਐਕਸਪੀਰੀਅੰਸ ਕੀ ਹੈ। ਰਿਸਰਚ ਜਿਹੜੀ ਹੁੰਦੀ ਹੈ ਬਹੁਤ ਹੀ ਫ੍ਰੀ ਹੁੰਦੀ ਹੈ, ਇਹਦੇ ਵਿੱਚ ਸਭ ਦਾ ਆਪਣਾ ਆਪਣਾ ਓਪੀਨੀਅਨ ਹੁੰਦਾ ਹੈ। ਇਸ ਓਪੀਨੀਅਨ 'ਤੇ ਅਸੀਂ ਖੁਦ ਕਿਸੇ ਨੂੰ ਬੰਧ ਨਹੀਂ ਸਕਦੇ, ਬਟ ਉਸ ਓਪੀਨੀਅਨ ਦੇ ਫੈਕਟਸ ਐਂਡ ਫਿਗਰ ਦੇ ਹਿਸਾਬ ਨਾਲ ਅਸੀਂ ਪ੍ਰੂਵ ਕਰ ਸਕਦੇ ਹਾਂ। ਜੇ ਤੁਸੀਂ ਕਿਸੇ ਕੰਪਨੀ ਦੀ ਰਿਐਲਿਟੀ ਵੇਖ ਰਹੇ ਹੋ, ਰਿਐਲਿਟੀ ਲੈ ਰਹੇ ਹੋ, ਕੋਈ ਟੋਪਿਕ ਲਿਆ ਹੈ, ਕਿਕਨ ਰੇਟਿੰਗ ਹੈ, ਕਿਕਨ ਦੀ ਲਾਈਕਿੰਗ ਹੈ ਬ੍ਰਾਂਡ ਦੇ ਉੱਤੇ, ਅਗਰ ਅਸੀਂ ਸਾਈਟ 'ਤੇ ਜਾਂਦੇ ਹਾਂ ਬਹੁਤ ਸਾਰੀ ਰੇਟਿੰਗ ਲਾਈਕਿੰਗ ਵਿਅਰਸ ਫੋਲੋਅਰਸ ਦਿਖਦੇ ਨੇ, ਉਹ ਹੁੰਦਾ ਹੈ ਤੁਹਾਨੂੰ ਵਿਖ ਰਿਹਾ ਹੈ ਜਿਹੜਾ ਓਂਟੋਲੋਜੀ, ਉਹ ਤੁਹਾਨੂੰ ਵਿਖ ਰਿਹਾ ਹੈ ਕਿ ਇਹ ਰੀਅਲ ਹੈ। ਲੇਕਿਨ ਜਦ ਤੁਸੀਂ ਉਹਦੇ ਹਿਸਾਬ ਨਾਲ ਤੁਹਾਡਾ ਖੁਦ ਦਾ ਐਕਸਪੀਰੀਅੰਸ ਹੈ, ਤੁਹਾਡੇ ਖੁਦ ਦਾ ਐਗਜ਼ੈਪਸ਼ਨਸ ਨੇ, ਤੁਸੀਂ ਬਹੁਤ ਸਾਰੇ ਲੋਕਾਂ ਦੇ ਨਾਲ ਗੱਲ ਕਰ ਰਹੇ ਹੋ, ਫੈਕਟਸ ਐਂਡ ਫਿਗਰ 'ਤੇ ਗੱਲ ਕਰ ਰਹੇ ਹੋ, ਤੁਸੀਂ ਡੇਟਾ ਕਲੈਕਟ ਕਰ ਰਹੇ ਹੋ, ਤੁਸੀਂ ਉਸ ਦੀ ਅੰਦਰ ਦੀ ਸ਼ੈਲ 'ਤੇ ਜਾ ਰਹੇ ਹੋ, ਔਰ ਤੁਸੀਂ ਉਸ ਸ਼ੈਲ ਦੇ ਹਿਸਾਬ ਨਾਲ ਜਦ ਕੰਮ ਕਰ ਰਹੇ ਹੋ, ਤਾਂ ਤੁਹਾਨੂੰ ਆਪਣੇ ਅਸੰਪਸ਼ਨ ਦੇ ਬੇਸ 'ਤੇ ਤੁਹਾਨੂੰ ਕੁਝ ਔਰ ਐਨਾਲਿਸਿਸ ਦੇ ਬਾਅਦ ਕੁਝ ਔਰ ਪਤਾ ਚੱਲਦਾ ਹੈ, ਉਹ ਕਹਿੰਦਾ ਹੈ ਐਪਟੋਮੋਲੋਜੀ। ਔਰ ਐਕਸੋਲੋਜੀ ਉਹ ਕਹਿੰਦਾ ਹੈ ਜਿਹੜਾ ਐਥਿਕ ਦੇ ਹਿਸਾਬ ਨਾਲ ਫਾਈਨਲ ਡਿਸੀਜਨ ਕਰਦਾ ਹੈ। ਜਿਹੜੇ ਐਥਿਕ ਵੈਲਿਊਜ਼ ਹੁੰਦੇ ਨੇ ਕਿ ਸੱਚ ਹੈ ਕੀ ਝੂਠ ਹੈ, ਉਹਦੇ ਵਿਚਕਾਰ ਦਾ ਡਿਫਰੈਂਸ ਜਿਹੜਾ ਹੁੰਦਾ ਹੈ ਉਹ ਕਹਿੰਦਾ ਹੈ ਐਕਸੋਲੋਜੀ। ਪਰ ਇਹ ਤਿੰਨੋਂ ਡਾਇਮੈਂਸ਼ਨਸ ਨੂੰ ਪੋਜ਼ਿਟਿਵਿਜ਼ਮ ਕਹਿੰਦਾ ਹੈ ਕਿ ਉਸਨੂੰ ਕਿਸ ਤਰ੍ਹਾਂ ਤੁਸੀਂ ਐਕਸੈਪਟ ਕੀਤਾ, ਕਿਸੇ ਕਿਸ ਤਰ੍ਹਾਂ ਸੇ ਤੁਸੀਂ ਐਕਸੈਪਟ ਕੀਤਾ, ਔਰ ਉਸਨੂੰ ਡਿਫਰੈਂਟ ਫੈਕਟਸ ਐਂਡ ਫਿਗਰ, ਰਿਸਰਚ ਟੂਲ, ਕੁਆਂਟੀਟੇਟਿਵ ਟੈਕਨੀਕਸ ਦੇ ਹਿਸਾਬ ਨਾਲ ਤੁਸੀਂ ਉਹਦੀ ਅੰਦਰ ਦੀ ਸ਼ੇਅਰ ਅਗਰ ਅੰਦਰ ਦੀ ਸ਼ੈਲ ਨੂੰ ਕਲੀਅਰ ਕਰਕੇ ਔਰ ਕ੍ਰਿਟੀਕਲ ਕੀਤਾ, ਤਾਂ ਉਸਨੂੰ ਕਹਿੰਦੇ ਨੇ ਕ੍ਰਿਟੀਕਲ ਰੀਅਲਿਜ਼ਮ। ਕ੍ਰਿਟੀਕਲ ਰੀਅਲਿਜ਼ਮ ਮਤਲਬ ਤੁਸੀਂ ਵੇਖਿਆ ਸੀ ਬਹੁਤ ਸਾਰੀ ਲਾਈਕਿੰਗ ਹੈ, ਬਹੁਤ ਸਾਰੇ ਲੋਕ ਉਸ ਬ੍ਰਾਂਡ ਨੂੰ ਫੋਲੋ ਕਰਦੇ ਨੇ, ਉਹਦੀ ਰੇਟਿੰਗ ਬਹੁਤ ਚੰਗੀ ਹੈ, ਸਭ ਕੁਛ ਹੈ, ਰਿਐਲਿਟੀ ਤੁਹਾਨੂੰ ਦਿਖ ਰਹੀ ਸੀ। ਉਹਦੀ ਅੰਦਰ ਸ਼ੈਲ ਵਿੱਚ ਤੁਸੀਂ ਆਪਣਾ ਐਕਸਪੀਰੀਅੰਸ ਲਿਆ, ਤੁਸੀਂ ਲੋਕਾਂ ਦੇ ਨਾਲ ਇੰਟਰੈਕਟ ਕੀਤਾ, ਤੁਸੀਂ ਗੱਲ ਕੀਤੀ, ਤੁਹਾਨੂੰ ਉਹ ਇੱਕ ਇੱਕ ਵਿਊ ਵਿੱਚ ਜਾ ਕੇ ਪਤਾ ਚੱਲਿਆ ਕਿ ਉਹਦੇ ਵਿੱਚ ਬਹੁਤ ਸਾਰੇ ਵਿਊ ਤਾਂ ਦਿਖ ਰਹੇ ਨੇ, ਲੇਕਿਨ ਉਸ ਵਿਊ ਵਿੱਚ ਕਸਟਮਰ ਵਿਊ 'ਚ ਕੁਛ ਪੋਜ਼ਿਟਿਵ ਵੀ ਨੇ, ਕੁਛ ਨੈਗੇਟਿਵ ਵੀ ਨੇ। ਔਰ ਤੁਹਾਨੂੰ ਹੋ ਸਕਦਾ ਅੰਦਰ ਜਾ ਕੇ ਪਤਾ ਚੱਲੇ ਕਿ ਪੋਜ਼ਿਟਿਵ ਵਿਊ ਦੇ ਰੀਜ਼ਨ ਕੁਛ ਹੋਰ ਸੀ, ਜਿਹੜਾ ਤੁਹਾਡਾ ਅਸੰਪਸ਼ਨ ਕੁਛ ਹੋਰ ਸੀ, ਜਾਂ ਨੈਗੇਟਿਵ ਵਿਊ ਦੇ ਰੀਜ਼ਨਸ ਕੁਛ ਹੋਰ ਸੀ ਔਰ ਤੁਹਾਡਾ ਅਸੰਪਸ਼ਨ ਕੁਛ ਹੋਰ ਸੀ। ਤਾਂ ਜਿਕਨ ਜਿਕਨ ਤੁਸੀਂ ਔਰ ਜ਼ਿਆਦਾ ਉਸਨੂੰ ਕਲੈਰੀਫਾਈ ਕਰਦੇ ਹੋ ਡੇਟਾ ਫੈਕਟਸ ਐਂਡ ਫਿਗਰ ਦੇ ਹਿਸਾਬ ਨਾਲ, ਉਹ ਕ੍ਰਿਟੀਕਲ ਰੀਅਲਿਜ਼ਮ ਹੁੰਦਾ ਹੈ। ਔਰ ਪ੍ਰੈਗਮੈਟਿਜ਼ਮ ਜੋ ਹੁੰਦਾ ਹੈ ਜਿਹੜਾ ਤੁਹਾਨੂੰ ਬਹੁਤ ਹੀ ਇੰਪੋਰਟੈਂਟ ਡਿਟਰਮੀਨੈਂਟ ਨੂੰ ਸੋਲਵ ਕਰਦਾ ਹੈ, ਮਤਲਬ ਉਹ ਸਭ ਤੋਂ ਪਹਿਲਾਂ ਜਿਹੜੀ ਤੁਹਾਡੀ ਪ੍ਰੋਬਲਮ ਦੀ ਰਿਸਰਚ ਕੁਐਸਚਨ ਦੀ, ਉਹ ਰਿਸਰਚ ਕੁਐਸਚਨ ਨੂੰ ਜਦ ਤੁਸੀਂ ਓਂਟੋਲੋਜੀ, ਐਪਸਟੋਮੋਲੋਜੀ ਔਰ ਐਕਸੋਲੋਜੀ ਨੂੰ ਮਿਲਾ ਕੇ, ਮਤਲਬ ਰੀਅਲ ਕੀ ਸੀ, ਤੁਹਾਨੂੰ ਵਿਕ ਕੀ ਰਿਹਾ ਸੀ ਔਰਗਨਾਈਜੇਸ਼ਨ ਦੇ ਬਾਰੇ, ਬ੍ਰਾਂਡ ਦੇ ਬਾਰੇ, ਉਹਦੇ ਬਾਅਦ ਤੁਸੀਂ ਆਪਣੇ ਅਸੰਪਸ਼ਨ, ਐਕਸਪੀਰੀਅੰਸ ਔਰ ਡੇਟਾ ਕਲੈਕਸ਼ਨ ਔਰ ਟੂਲ ਦੇ ਹਿਸਾਬ ਨਾਲ ਤੁਸੀਂ ਅੱਗੇ ਵਧਣੇ ਦੇ ਬਾਅਦ ਤੁਸੀਂ ਐਪਸਟੋਮੋਲੋਜੀ ਦੇ ਹਿਸਾਬ ਨਾਲ ਐਕਸੋਲੋਜੀ ਯਾਨੀ ਐਥਿਕਸ ਦੇ ਵੈਲਿਊ ਸਿਸਟਮ ਜੇਕਰ ਹੁੰਦਾ ਹੈ ਨਾ ਕਿ ਤੁਹਾਨੂੰ ਵਿਕ ਕੁਛ ਸਹੀ ਰਿਹਾ ਹੈ, ਤੁਸੀਂ ਐਨਾਲਿਸਿਸ ਕੁਛ ਹੋਰ ਕੀਤਾ ਹੈ, ਪਰ ਤੁਹਾਡੇ ਖੁਦ ਦੇ ਐਥਿਕ ਵੈਲਿਊਜ਼ ਕਹਿੰਦੇ ਨੇ ਜਾਂ ਕੰਪਨੀ ਐਥਿਕ ਵੈਲਿਊ ਪੋਲਿਸੀ ਦੇ ਹਿਸਾਬ ਨਾਲ ਤੁਸੀਂ ਇਹਦੇ ਵਿਚਕਾਰ ਦਾ ਗੈਪ ਆਈਡੈਂਟੀਫਾਈ ਕਰ ਰਹੇ ਹੋ। ਤਾਂ ਉਹ ਜੋ ਜਿਹੜਾ ਗੈਪ ਹੁੰਦਾ ਉਹ ਐਕਚੁਅਲੀ ਤੁਹਾਨੂੰ ਰਿਸਰਚ ਕੁਐਸਚਨ ਦੇ ਕੋਲ ਲਿਜਾਂਦਾ ਹੈ। ਜਿੰਨਾ ਜਿੰਨਾ ਤੁਸੀਂ ਨਿਸ਼ਚੇ ਔਰ ਜਾਂਦੇ ਜਾਓਗੇ, ਉਹਨਾਂ ਉਹਨਾਂ ਤੁਸੀਂ ਉਸਨੂੰ ਔਰ ਆਸਾਨੀ ਦੇ ਨਾਲ ਉਸ ਪ੍ਰੋਬਲਮ ਨੂੰ ਸੋਲਵ ਕਰ ਪਾਓ। ਤੋ ਬੇਸਿਕਲੀ ਰਿਸਰਚ ਫਿਲੋਸਫੀ ਇਹ ਹੁੰਦੀ ਹੈ ਜਿਹਦੇ ਵਿੱਚ ਤੁਸੀਂ ਆਪਣੇ ਮਾਇੰਡ ਸੈਟ ਨੂੰ ਇੱਕ ਰਿਸਰਚ ਓਰੀਐਂਟੇਸ਼ਨ, ਰਿਸਰਚ ਓਬਜੈਕਟਿਵ ਨੂੰ ਲੈ ਕੇ ਫੋਕਸ ਕਰਦੇ ਹੋ ਔਰ ਉਸ ਹਿਸਾਬ ਨਾਲ ਉਸ ਡਾਇਮੈਂਸ਼ਨ 'ਤੇ ਅੱਗੇ ਵਧਦੇ ਹੋ। ਪਹਿਲਾ ਪਾਰਟ ਸਾਡਾ ਕੰਪਲੀਟ ਹੁੰਦਾ ਹੈ ਜਿਹਦੇ ਵਿੱਚ ਅਸੀਂ ਆਊਟਰ ਪਾਰਟ ਵਿੱਚ ਰਿਸਰਚ ਫਿਲੋਸਫੀ ਯਾਨੀ ਪ੍ਰੋਬਲਮਸ ਨੂੰ ਵੇਖਣੇ ਦਾ ਜਿਹੜਾ ਤਰੀਕਾ ਹੈ, ਸਾਡੀ ਸੋਚ ਹੈ, ਸਾਡਾ ਵਿਊ ਹੈ, ਉਸਨੂੰ ਵੇਖਣਾ, ਕਿਸ ਤਰ੍ਹਾਂ ਅਸੀਂ ਵਰਲਡ ਨੂੰ ਵੇਖਣਾ, ਤੁਸੀਂ ਕਿਸ ਤਰ੍ਹਾਂ ਅਸੀਂ ਕੰਪਨੀ ਨੂੰ ਵੇਖਣਾ, ਔਰਗਨਾਈਜੇਸ਼ਨ ਨੂੰ ਵੇਖਣਾ, ਔਰ ਉਸ ਹਿਸਾਬ ਨਾਲ ਅਗਲਾ ਸਟੈਪ ਸਾਡਾ ਨੈਕਸਟ ਸ਼ੈਲ ਜੋ ਆਉਂਦਾ ਹੈ ਉਹ ਹੁੰਦਾ ਹੈ ਰਿਸਰਚ ਡਿਜ਼ਾਇਨ ਦਾ। ਡਿਜ਼ਾਇਨ ਵਿੱਚ ਤੁਸੀਂ ਬਹੁਤ ਸਾਰੇ ਸਰਵੇ, ਬਹੁਤ ਸਾਰੀ ਮੈਥਡਸ ਹੁੰਦੀਆਂ ਨੇ, ਅਤੇ ਅਸੀਂ ਕੁਆਂਟੀਟੇਟਿਵ ਰਿਸਰਚ ਦੀ ਗੱਲ ਕਰਾਂਗੇ ਔਰ ਅਗਲੇ ਪਾਰਟ ਵਿੱਚ ਉਹੀਓ ਅਸੀਂ ਸਮਝਾਂਗੇ ਕਿ ਜਦ ਅਸੀਂ ਐਪਸਟੋਮੋਲੋਜੀ ਵਿੱਚ ਆਉਂਦੇ ਹਾਂ ਔਰ ਫੈਕਟਸ ਐਂਡ ਫਿਗਰ ਜਾਂ ਡੇਟਾ ਕਲੈਕਸ਼ਨ ਦੀ ਗੱਲ ਕਰ ਰਹੇ ਹਾਂ, ਤਾਂ ਕਿਸ ਤਰ੍ਹਾਂ ਉਹ ਪੂਰਾ ਕੁਆਂਟੀਟੇਟਿਵ ਰਿਸਰਚ ਦਾ ਮਾਡਲ ਬਣਦਾ ਹੈ। ਮੈਂ ਉਮੀਦ ਕਰਨੀ ਆ ਆਪ ਸਾਰਿਆਂ ਨੂੰ ਇਸ ਸੈਸ਼ਨ ਵਿੱਚ ਸਭ ਕੁਛ ਸਮਝ ਆਇਆ ਹੋਣਾ ਹੈ। ਇਹ ਤੁਸੀਂ ਇਹ ਵੀ ਫੀਲ ਕਰ ਸਕਦੇ ਹੋ, ਇਸ ਇਹਦੇ ਵਿੱਚ ਇਹ ਐਗਜ਼ਾਮਪਲ ਵੀ ਹੈ, ਲਾਈਕ ਮੈਂ ਆਪ ਨੂੰ ਕਿਸ ਤਰ੍ਹਾਂ ਦਾ ਇਹ ਟੋਪਿਕ ਸਮਝਾ ਰਹੀ ਹਾਂ, ਇਹ ਵੀ ਇੱਕ ਤਰ੍ਹਾਂ ਦੀ ਓਂਟੋਲੋਜੀ ਹੈ। ਰੀਅਲ ਇਹ ਰੀਅਲ ਹੁੰਦਾ ਹੈ ਜਿਹੜਾ ਰਿਸਰਚ ਫਿਲੋਸਫੀ ਹੁੰਦੀ ਕੀ ਹੈ,
ਉਸ ਨੂੰ ਮੈਂ ਸਮਝਿਆ ਇਹ ਮੇਰਾ ਵਿਊ ਹੈ, ਮੈਂ ਆਪ ਨੂੰ ਸਮਝਾਇਆ ਉਹ ਆਪ ਦਾ ਵਿਊ ਹੈ, ਔਰ ਆਪ ਅੱਗੇ ਆਪਣੇ ਬੱਚਿਆਂ ਨੂੰ ਜਿਸ ਤਰ੍ਹਾਂ ਸਮਝਾ ਰਹੇ ਹੋ ਆਪਣੇ ਵਿਊ ਦੇ ਹਿਸਾਬ ਨਾਲ, ਡੈਫੀਨੇਟਲੀ ਉਹ ਪੂਰੀ ਤਰ੍ਹਾਂ ਸੇ ਐਪਸਟੋਮੋਲੋਜੀ ਓਨਟੋਲੋਜੀ ਉਸ ਪੂਰਾ ਸਟਰਕਚਰ ਡਿਫਰੈਂਟ ਹੋਏਗਾ ਜਦ ਅਸੀਂ ਜਿਹੜੇ ਸਬਜੈਕਟ ਜਿਹੜੇ ਇਨਵਾਇਰਮੈਂਟ ਵਿੱਚ ਜਿਹੜੇ ਸਪੈਸ਼ਲਾਈਜੇਸ਼ਨ ਵਿੱਚ ਅਸੀਂ ਪੜ੍ਹਦੇ ਹਾਂ ਉਹ ਅਗਰ ਅਸੀਂ ਕਿਸੇ ਸਬਜੈਕਟ ਨੂੰ ਪੜ੍ਹਾਉਂਦੇ ਹਾਂ ਸਾਡੇ ਇਗਜ਼ਾਮਪਲ ਵੀ ਉਸ ਤੋਂ ਕਨੈਕਟਡ ਹੁੰਦੇ ਨੇ। ਜਦ ਇਹੀ ਓ ਟੋਪਿਕ ਤੁਸੀਂ ਆਪਣੇ ਸਟੂਡੈਂਟਸ ਨੂੰ ਪੜ੍ਹਾਓਗੇ ਤੁਸੀਂ ਪੜ੍ਹਾਓਗੇ ਇਹੀ ਓ ਫਿਲੋਸਫੀ ਰਿਸਰਚ ਪੜ੍ਹਾਓਗੇ, ਲੇਕਿਨ ਤੁਹਾਡੇ ਇਗਜ਼ਾਮਪਲਸ ਤੁਹਾਡੀ ਕਨੈਕਟਿਵਿਟੀ ਦੂਜੀ ਹੋਏਗੀ ਕਿਉਂਕਿ ਤੁਹਾਡੀ ਸੋਚ ਤੁਹਾਡਾ ਅਸੰਪਸ਼ਨ ਤੁਹਾਡਾ ਉਸਨੂੰ ਦੇਖਣ ਦਾ ਤਰੀਕਾ ਕੁਝ ਔਰ ਹੋਏਗਾ। ਤੇ ਇਹੀ ਓ ਲਾਈਵ ਇਗਜ਼ਾਮਪਲ ਹੈ ਕਿ ਹਰ ਟੋਪਿਕ ਨੂੰ ਵੇਖਣ ਦਾ ਹਰ ਬੰਦੇ ਦਾ ਅਲੱਗ ਅਲੱਗ ਵੱਖਰਾ ਓਪੀਨੀਅਨ ਹੁੰਦਾ ਹੈ, ਉਸ ਓਪੀਨੀਅਨ ਦਾ ਇੱਕ ਰੀਅਲ ਪਾਰਟ ਹੁੰਦਾ ਹੈ, ਇੱਕ ਫੈਕਟਸ ਐਂਡ ਫਿਗਰ ਪਾਰਟ ਹੁੰਦਾ ਹੈ, ਔਰ ਇੱਕ ਐਥੀਕਲ ਪਾਰਟ ਹੁੰਦਾ ਹੈ। ਰੀਅਲ ਪਾਰਟ ਉਹ ਹੁੰਦਾ ਹੈ ਜੋ ਆਊਟਰ ਹੁੰਦਾ ਹੈ ਜੋ ਸਾਰਿਆਂ ਨੂੰ ਵਿਖਦਾ ਹੈ, ਐਪਟੋਮੋਲੋਜੀਕਲ ਪਾਰਟ ਉਹ ਹੁੰਦਾ ਹੈ ਜਿਹੜਾ ਤੁਸੀਂ ਫੈਕਟਸ ਐਂਡ ਫਿਗਰ ਸਾਇੰਟਿਫਿਕ 'ਤੇ ਜਾਂਦੇ ਹੋ ਕਿ ਐਕਚੁਅਲੀ ਕੀ ਹੈ ਬਈ ਅੰਦਰ ਜਾ ਕੇ ਪਤਾ ਕਰੋ, ਤੇ ਜਦ ਉਹਦੇ ਵਿੱਚ ਮਿਕਸਿੰਗ ਹੋਣਾ ਸ਼ੁਰੂ ਹੋ ਜਾਂਦੀ ਹੈ ਜਦ ਤੁਸੀਂ ਆਪਣਾ ਐਕਸਪੀਰੀਅੰਸ ਆਪਸੇ ਆਪਣੀ ਅਸੰਪਸ਼ਨ ਆਪਣੀ ਫੀਲਿੰਗ ਡਾਲਦੇ ਹੋ। ਔਰ ਇੱਕ ਪਾਰਟ ਹੁੰਦਾ ਹੈ ਜਿਹੜਾ ਐਥੀਕਲ ਹੁੰਦਾ ਹੈ, ਜਿਹੜਾ ਸਹੀ ਹੁੰਦਾ ਹੈ ਕਿਸੇ ਹਿਸਾਬ ਨਾਲ, ਰਾਈਟ ਹੁੰਦਾ ਹੈ ਰੋਂਗ ਹੁੰਦਾ ਹੈ। ਤੇ ਇਹ ਸਭ ਮਿਲਾ ਕੇ ਤੁਸੀਂ ਆਪਣੇ ਬੱਚਿਆਂ ਨੂੰ ਵੀ ਉਸ ਹਿਸਾਬ ਨਾਲ ਪੜ੍ਹਾਉਂਦੇ ਹਾਂ। ਟੋਪਿਕ ਇੱਕ ਹੁੰਦਾ ਹੈ ਉਸਨੂੰ ਸਮਝਾਉਣ ਵਾਸਤੇ ਟੀਚਰ ਅਲੱਗ 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 ਐਗਜ਼ਾਮਪਲ ਦਿੰਦਾ ਹੈ, ਕੋਈ ਐਗਜ਼ਾਮਪਲ ਕਦੇ ਉਹਦੇ ਪਰਿਵਾਰ ਦੇ ਹੁੰਦੇ ਨੇ, ਉਹਦੀ ਫੈਮਿਲੀ ਦੇ ਹੁੰਦੇ, ਉਹਦੇ ਆਸ ਪਾਸ ਦੇ ਇਨਵਾਇਰਮੈਂਟ ਦੇ ਹੁੰਦੇ ਨੇ, ਔਰ ਉਹਦੇ ਕਾਲਜ ਦੇ ਇਨਵਾਇਰਮੈਂਟ ਦੇ ਹੁੰਦੇ ਨੇ, ਔਰ ਕੁਛ ਕੋਈ ਟੀਚਰ ਹੁੰਦੇ ਨੇ ਜੋ ਸਿਰਫ ਔਰ ਸਿਰਫ ਪ੍ਰੈਕਟੀਕਲ ਯਾਨੀ ਕਿ ਔਰਗਨਾਈਜੇਸ਼ਨ ਪੁਆਇੰਟ ਦੇ ਹਿਸਾਬ ਨਾਲ ਹੀ ਸਮਝਾਉਂਦੇ ਨੇ। ਤਾਂ ਹਰ ਵਿਅਕਤੀ ਦਾ ਤਰੀਕਾ ਅਲੱਗ ਅਲੱਗ ਹੁੰਦਾ ਹੈ, ਤਾਂ ਇਹੋ ਜੋ ਤਰੀਕੇ ਹੁੰਦੇ ਨੇ ਇਹੋ ਫਿਲੋਸਫੀ ਦੇ ਆਸ ਪਾਸ ਹੁੰਦੇ ਨੇ। ਰਿਸਰਚ ਫਿਲੋਸਫੀ ਜਾਂ ਰਿਸਰਚ ਜਿਹੜੇ ਟੋਪਿਕ ਨੇ ਉਹ ਸਾਡੀ ਲਾਈਫ ਦੇ ਆਸ ਪਾਸ ਦੇ ਟੋਪਿਕ ਹੀ ਹੁੰਦੇ ਨੇ, ਸਾਡੇ ਔਰਗਨਾਈਜੇਸ਼ਨ ਦੀ ਲਾਈਫ ਵਿੱਚ ਜਿਹੜਾ ਅਸੀਂ ਫੀਲ ਕਰਨਾ ਐਜ਼ ਅ ਕਸਟਮਰ ਫੀਲ ਕਰਨਾ, ਐਜ਼ ਅ ਮਾਰਕੀਟਰ ਫੀਲ ਕਰਨਾ, ਉਹੀ ਓ ਮਿਲਕਰ ਸਾਰੀ ਕੁਸ਼ਚਨਸ ਬਣਦੇ ਨੇ, ਔਰ ਉਹੀ ਓ ਕੁਸ਼ਚਨ ਦਾ ਹਰ ਕਿਸੇ ਦਾ ਦੇਖਣ ਦਾ ਤਰੀਕਾ ਅਲੱਗ ਅਲੱਗ ਹੁੰਦਾ ਹੈ। ਉਮੀਦ ਕਰਨੀ ਆ ਕਿ ਆਪ ਦਾ ਇਸ ਰਿਸਰਚ ਫਿਲੋਸਫੀ ਨੂੰ ਦੇਖਣ ਦਾ ਤਰੀਕਾ ਔਰ ਮੇਰਾ ਦੇਖਣ ਦਾ ਤਰੀਕਾ ਕਾਮਨ ਹੋਏਗਾ, ਔਰ ਆਪ ਨੂੰ ਇਹ ਸਾਰੇ ਸਾਰਾ ਟੋਪਿਕ ਸਮਝ ਆ ਗਿਆ ਹੋਣਾ।